हरियाणा ਦੇ ਵਿੱਚ ਲੋਕ ਮਿਲਣੀ ਦੇ ਦੌਰਾਨ ਸੀਐਮ ਮਨੋਰ لال ਖੱਤਰ ਮੂਰੇ ਮਹਿਲਾ ਨੇ ਰੱਖ ਦਿੱਤੀ ਵੱਡੀ ਮੰਗ ਅੱਗੋਂ ਸੀਐਮ ਮਨੋਰ لال ਖੱਤਰ ਦਾ ਬਿਆਨ ਸੁਣ ਕੇ ਹੱਸਾਂ ਲੱਗੇ ਸਾਰੇ ਲੋਕ ਬੈਠ ਜਾ ਬੈਠ ਜਾ ਹੁਣ ਤੇ ਬਾਤ ਵਿੱਚ ਪੁੱਛ ਰੋ ਸੀਐਮ ਮਨੋਰ لال ਦੀ ਹਾਸੋਹੀਣੀ ਗੱਲ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾ ਰਿਹਾ ਖੂਬ ਵਾਇਰਲ ਅਗਲੀ ਵਾਰ ਇੱਕ ਚੰਦ ਦੇ ਉੱਪਰ ਇੱਕ ਹੋਰ ਜੋ ਜਾਏਗਾ ਨਾ ਉਹ ਚੰਦਰਯਾਨ 4 ਉਹ ਵੀ ਜਾਈਗਾ ਦਾ ਦੇਖੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਕੀਤਾ ਜਾ ਰਿਹਾ ਇਸ ਵੀਡੀਓ ਦੇ ਉੱਤੇ ਵਿਰੋਧੀ ਪਾਰਟੀਆਂ ਵੀ ਤੰਜ ਕੱਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਮ ਆਦੀ ਪਾਰਟੀ ਨੇ ਇਸ ਦੇ ਉੱਤੇ ਤੰਜ ਕੱਸਿਆ ਹੈ ਅਤੇ ਉਹਨਾਂ ਦੇ ਵੱਲੋਂ ਵੀ ਟਵਿੱਟਰ ਅਕਾਊਂਟਸ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਦਾ ਦੇਖੀ ਇਸ ਵੀਡੀਓ ਦੇ ਵਿੱਚ ਸੀਐਮ ਮਨੋਲਾ ਖੱਟਰ ਜਦੋਂ ਲੋਕ ਮਿਲਣੀ ਕਰ ਰਹੇ ਹੁੰਦੇ ਆ ਤਾਂ ਉਸ ਵਕਤ ਇੱਕ ਮਹਿਲਾ ਉੱਠ ਕੇ ਸੀਐਮ ਤੋਂ ਇੱਕ ਫੈਕਟਰੀ ਲਗਾਉਣ ਦੀ ਮੰਗ ਰੱਖ ਦਿੰਦੀ ਹੈ ਉਹ ਕਹਿੰਦੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਫੈਕਟਰੀ ਲਗਾਈ ਜਾਵੇ ਅਤੇ ਜਿਸ ਤੋਂ ਬਾਅਦ ਸੀਐਮ ਮੁੱਖ ਮੰਤਰੀ ਸਾਹਿਬ ਜੋ ਜਵਾਬ ਦਿੰਦੇ ਨੇ ਉਸ ਨੂੰ ਸੁਣ ਕੇ ਸਾਰੇ ਹੱਸਣ ਲੱਗ ਜਾਂਦੇ ਨੇ ਸੀਐਮ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਅਗਲੀ ਵਾਰ ਚੰ드ਰੀਅਨ 4 ਦੇ ਨਾਲ ਚੰਦਰਬਾਦ ਦੇ ਉੱਤੇ ਹੀ ਅਸੀਂ ਭੇਜ ਦੇਵਾਂਗੇ ਹੁਣ ਤੁਸੀਂ ਬੈਠ ਜਾਓ ਇੰਨੇ 19 ਸਕਿੰਟਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਕੀਤਾ ਜਾ ਰਿਹਾ ਅਤੇ ਵਿਰੋਧੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ ਉਹ ਇਸ ਨੂੰ ਟਰੋਲ ਕਰ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਮਹਿਲਾ ਦੀ ਬੇਇੱਜ਼ਤੀ ਕੀਤੀ ਹੈ ਉਸ ਦੇ ਨਾਲ ਮਜ਼ਾਕ ਕੀਤਾਗਾ ਹਾਲਾਂਕਿ ਉਸ ਨੇ ਆਪਣੀ ਇੱਕ ਮੰਗ ਰੱਖੀ ਸੀ ਮੁੱਖ ਮੰਤਰੀ ਦੇ ਮੂਹਰੇ ਅਤੇ ਉਸ ਮੰਗ ਦੇ ਉੱਤੇ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਨੇ ਉਸ ਦੇ ਨਾਲ ਜਵਾਬ ਕੀਤਾ ਪਰ ਇਹ ਪੂਰਾ ਵੀਡੀਓ ਕੀ ਹੈ ਕਿਉਂਕਿ 19 ਸਕਿੰਟਾਂ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ ਅਤੇ ਇਸ ਤੋਂ ਬਾਅਦ ਕੀ ਗੱਲਬਾਤ ਹੋਈਆ ਉਸਦੇ ਬਾਰੇ ਕੁਝ ਵੀ ਪਤਾ ਨਹੀਂਆ ਅਤੇ ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਪਰ ਇਸ ਵੀਡੀਓ ਦੀ ਅਸਲ ਸਚਾਈ ਕੀ ਆ ਇਹ ਤਾਂ ਹਜੇ ਬਾਹਰ ਆਉਣੀ ਬਾਕੀ ਆ ਜਦੋਂ ਪੂਰਾ ਵੀਡੀਓ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਵੀਡੀਓ ਦੀ ਅਸਲ ਸਚਾਈ ਕੀ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਮਜ਼ਾਕ ਕੀਤਾ ਹੋਵੇ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੂਰਾ ਇਸ ਗੱਲ ਦਾ ਸਹੀ ਜਵਾਬ ਦਿੱਤਾ ਹੋਵੇ ਪਰ ਜਿਹੜਾ ਅਖੀਰ ਦੇ ਵਿੱਚ ਉਹ ਇੱਕ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਤੁਸੀਂ ਬੈਠ ਜਾਓ ਹੁਣ ਤੁਸੀਂ ਬੈਠ ਜਾਓ ਉੱਥੋਂ ਨਜ਼ਰ ਆਉਂਦਾਗਾ ਉੱਥੋਂ ਸਾਫ ਕਲੀਅਰ ਹੋ ਰਿਹਾ ਕਿ ਇਹ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ ਅਤੇ ਮੁੱਖ ਮੰਤਰੀ ਸਾਹਿਬ ਉਸ ਮਹਿਲਾ ਦੀ ਮੰਗ ਨੂੰ ਇੱਕ ਮਜ਼ਾਕ ਦੇ ਵਿੱਚ ਲੈ ਜਾਂਦੇ ਨੇ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਟ੍ਰੋਲ ਕੀਤਾ ਜਾ ਰਿਹਾ ਸਵਾਲ ਉਠਾਏ ਜਾ ਰਹੇ ਨੇ ਤਾਂ 19 ਕਿੰਟਾ ਦਾ ਵੀਡੀਓ ਤੁਹਾਨੂੰ ਵੀ ਅਸੀਂ ਜ਼ਰੂਰ ਸੁਣਾਵਾਂਗੇ ਜਿਸ ਵੀਡੀਓ ਦੇ ਇਹਨੇ ਚਰਚੇ ਹੋ ਰਹੇ ਅਸ ਜਿਹੜੀ ਜਿਸ ਵੀਡੀਓ ਕਰਕੇ ਪੂਰਾ ਬਵਾਲ ਮਚਿਆ ਹੋਇਆ ਅਤੇ ਵਿਰੋਧੀ ਧਿਰਾਂ ਲਗਾਤਾਰ ਭਾਜਪੀ ਦੇ ਉੱਤੇ ਨਿਸ਼ਾਨੇ ਸਾਧ ਰਹੇ ਆ ਤੇ ਲਗਾਤਾਰ ਜਿਹੜਾ ਸੀਐਮ ਮਨੋਹਰ ਲਖਟਰ ਨੂੰ ਜਿਹੜਾ ਵਿਵਾਦਾਂ ਦੇ ਵਿੱਚ ਘੇਰਿਆ ਜਾ ਰਿਹਾ ਹੈ ਤਾਂ ਤੁਸੀਂ ਵੀ ਦੇਖੋ ਉਹ 19 ਸਕਿੰਟ ਦਾ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ ਸਭੀ karenge ਸਰ ਮਾਨਯੀ ਮੰਤਰੀ ਸਾਹਿਬ ਮੈਰੀ ਤਾਂ ਇਹ ਹੀ मांग है कि आप पेट्रोल में फैक्ट्री लगाने की कष्ट करें ताकि ये अगली बार, काम करें। अगली बार एक चांद के ऊपर एक और जो जाएगा ना वो चंद्रयान चार उसे भेजेंगे बैठ जाओ बैठ जाओ बैठ जाओ जो बात मैं पूछ रहा हूं